ਦੁਕਾਨ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਦੁਕਾਨਦਾਰ ਜਦੋਂ ਆਪਣੀ ਦੁਕਾਨ ਨੂੰ ਰਾਤ ਦੇ ਸਮੇਂ ਬੰਦ ਕਰਨ ਲੱਗਿਆ ਤਾਂ ਪਹਿਲਾਂ ਇੱਕ ਸ਼ਖਸ ਦੇ ਵੱਲੋਂ ਉਸਦੇ ਨਾਲ ਦੁਕਾਨ 'ਚ ਵੜ ਕੇ ਪਹਿਲਾਂ ਤਾਂ ਬਹਿਸ ਕੀਤੀ ਗਈ, ਹਾਲਾਂਕਿ ਬਹਿਸ ਇਸ ਕਦਰ ਵੱਧ ਗਈ ਕਿ ਉਸਦੇ ਨਾਲ ਵਾਲੇ ਨੇ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ। ਆਲਮ ਇਹ ਰਿਹਾ ਕਿ ਦੁਕਾਨ ਦੇ ਵਿੱਚ ਪਿਆ ਜੋ ਟੇਬਲ ਸੀ ਉਹ ਵੀ ਦੁਕਾਨਦਾਰ ਦੇ ਉੱਤੇ ਚੁੱਕ ਚੁੱਕ ਕੇ ਮਾਰਿਆ। ਹਾਲਾਂਕਿ ਇਸ ਦੌਰਾਨ ਦੁਕਾਨਦਾਰ ਕਾਫ਼ੀ ਜ਼ਿਆਦਾ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦਾਖਲ ਹੁੰਦੇ ਸਾਰ ਹੀ ਦੁਕਾਨਦਾਰ ਨਾਲ ਪਹਿਲਾਂ ਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜੋ ਟੇਬਲ ਹੈ ਦੁਕਾਨ ਦੇ ਅੰਦਰ ਪਿਆ ਹੁੰਦਾ ਉਸਨੂੰ ਵੀ ਚੁੱਕ ਕੇ ਦੁਕਾਨਦਾਰ ਦੇ ਉੱਤੇ ਮਾਰਿਆ ਜਾਂਦਾ ਹੈ ਅਤੇ ਘਟਨਾ CCTV 'ਚ ਕੈਦ ਹੋਈ ਹੈ। ਮਾਮਲਾ ਸੋਨਾ ਤੋਂ ਸਾਹਮਣੇ ਆਇਆ। ਦੁਕਾਨ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਦੁਕਾਨਦਾਰ ਜਦੋਂ ਆਪਣੀ ਦੁਕਾਨ ਨੂੰ ਰਾਤ ਦੇ ਸਮੇਂ ਬੰਦ ਕਰਨ ਲੱਗਿਆ ਤਾਂ ਪਹਿਲਾਂ ਇੱਕ ਸ਼ਖਸ ਦੇ ਵੱਲੋਂ ਉਸਦੇ ਨਾਲ ਦੁਕਾਨ 'ਚ ਵੜ ਕੇ ਪਹਿਲਾਂ ਤਾਂ ਬਹਿਸ ਕੀਤੀ ਗਈ, ਹਾਲਾਂਕਿ ਬਹਿਸ ਇਸ ਕਦਰ ਵੱਧ ਗਈ ਕਿ ਉਸਦੇ ਨਾਲ ਵਾਲੇ ਨੇ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ। ਆਲਮ ਇਹ ਰਿਹਾ ਕਿ ਦੁਕਾਨ ਦੇ ਵਿੱਚ ਪਿਆ ਜੋ ਟੇਬਲ ਸੀ ਉਹ ਵੀ ਦੁਕਾਨਦਾਰ ਦੇ ਉੱਤੇ ਚੁੱਕ ਚੁੱਕ ਕੇ ਮਾਰਿਆ। ਹਾਲਾਂਕਿ ਇਸ ਦੌਰਾਨ ਦੁਕਾਨਦਾਰ ਕਾਫ਼ੀ ਜ਼ਿਆਦਾ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦਾਖਲ ਹੁੰਦੇ ਸਾਰ ਹੀ ਦੁਕਾਨਦਾਰ ਨਾਲ ਪਹਿਲਾਂ ਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜੋ ਟੇਬਲ ਹੈ ਦੁਕਾਨ ਦੇ ਅੰਦਰ ਪਿਆ ਹੁੰਦਾ ਉਸਨੂੰ ਵੀ ਚੁੱਕ ਕੇ ਦੁਕਾਨਦਾਰ ਦੇ ਉੱਤੇ ਮਾਰਿਆ ਜਾਂਦਾ ਹੈ ਅਤੇ ਘਟਨਾ CCTV 'ਚ ਕੈਦ ਹੋਈ ਹੈ। ਮਾਮਲਾ ਸੋਨਾ ਤੋਂ ਸਾਹਮਣੇ ਆਇਆ। ਦੁਕਾਨ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ ਹੈ। ਕਿਹਾ ਜਾ ਰਿਹਾ ਕਿ ਦੁਕਾਨਦਾਰ ਜਦੋਂ ਆਪਣੀ ਦੁਕਾਨ ਨੂੰ ਰਾਤ ਦੇ ਸਮੇਂ ਬੰਦ ਕਰਨ ਲੱਗਿਆ ਤਾਂ ਪਹਿਲਾਂ ਇੱਕ ਸ਼ਖਸ ਦੇ ਵੱਲੋਂ ਉਸਦੇ ਨਾਲ ਦੁਕਾਨ 'ਚ ਵੜ ਕੇ ਪਹਿਲਾਂ ਤਾਂ ਬਹਿਸ ਕੀਤੀ ਗਈ, ਹਾਲਾਂਕਿ ਬਹਿਸ ਇਸ ਕਦਰ ਵੱਧ ਗਈ ਕਿ ਉਸਦੇ ਨਾਲ ਵਾਲੇ ਨੇ ਦੁਕਾਨਦਾਰ 'ਤੇ ਹਮਲਾ ਕਰ ਦਿੱਤਾ। ਆਲਮ ਇਹ ਰਿਹਾ ਕਿ ਦੁਕਾਨ ਦੇ ਵਿੱਚ ਪਿਆ ਜੋ ਟੇਬਲ ਸੀ ਉਹ ਵੀ ਦੁਕਾਨਦਾਰ ਦੇ ਉੱਤੇ ਚੁੱਕ ਚੁੱਕ ਕੇ ਮਾਰਿਆ। ਹਾਲਾਂਕਿ ਇਸ ਦੌਰਾਨ ਦੁਕਾਨਦਾਰ ਕਾਫ਼ੀ ਜ਼ਿਆਦਾ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਇਸ ਘਟਨਾ ਦੀ CCTV ਵੀ ਸਾਹਮਣੇ ਆਈ ਹੈ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਸ਼ਖਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦਾਖਲ ਹੁੰਦੇ ਸਾਰ ਹੀ ਦੁਕਾਨਦਾਰ ਨਾਲ ਪਹਿਲਾਂ ਤਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜੋ ਟੇਬਲ ਹੈ ਦੁਕਾਨ ਦੇ ਅੰਦਰ ਪਿਆ ਹੁੰਦਾ ਉਸਨੂੰ ਵੀ ਚੁੱਕ ਕੇ ਦੁਕਾਨਦਾਰ ਦੇ ਉੱਤੇ ਮਾਰਿਆ ਜਾਂਦਾ ਹੈ ਅਤੇ ਘਟਨਾ CCTV 'ਚ ਕੈਦ ਹੋਈ ਹੈ। ਮਾਮਲਾ ਸੋਨਾ ਤੋਂ ਸਾਹਮਣੇ ਆਇਆ।